ਸਿੱਖਿਆ ਵਿਭਾਗ ਪੰਜਾਬ ਅਤੇ ਸਿੱਖਿਆ ਸਕੱਤਰ ਸ਼੍ਰੀ ਕਿਸ਼ਨ ਕੁਮਾਰ ਦੀ ਹਦਾਇਤਾਂ ਅਨੁਸਾਰ ਇੱਥੋਂ ਦੇ ਸਰਕਾਰੀ ਹਾਈ ਸਕੂਲ ਕੋਟਲਾ ਪਾਵਰ ਹਾਊਸ ਵਿਖੇ 10 ਰੋਜ਼ਾ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ। ਸਮਰ ਕੈਂਪ ਸੰਬੰਧੀ ਜਾਣਕਾਰੀ ਦਿੰਦਿਆਂ BS ਅਜੇ ਕੁਮਾਰ ਬੈਂਸ ਅਤੇ ਸਕੂਲ ਮੁੱਖ ਅਧਿਆਪਕ ਰੁਪਿੰਦਰ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਮਰ ਕੈਂਪ ਸਿੱਖਿਆ ਵਿਭਾਗ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ। ਇੱਥੇ ਸਕੂਲ ਅੰਦਰ ਚੱਲ ਰਹੇ ਸਮਰ ਕੈਂਪ ਦੌਰਾਨ ਬੱਚਿਆਂ ਨੂੰ ਅੰਗਰੇਜ਼ੀ ਬੋਲਣ ਅਤੇ ਪੜ੍ਹਨ ਨਾਲ ਸੰਬੰਧੀ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਖੇਡਾਂ, ਕਵਿਤਾਵਾਂ, ਬਾਲ ਗੀਤ ਅਤੇ ਹੋਰ ਸਹਿ ਵਿੱਦਿਅਕ ਗਤੀਵਿਧੀਆਂ ਬੱਚਿਆਂ ਨੂੰ ਵੱਖ ਵੱਖ ਦਿਨਾਂ ਵਿੱਚ ਸਮਰ ਕੈਂਪ ਦੌਰਾਨ ਕਰਵਾਈਆਂ ਗਈਆਂ। ਸਮਰ ਕੈਂਪ ਸੰਬੰਧੀ ਬੱਚਿਆਂ ਦੇ ਮਾਪਿਆਂ ਅਤੇ ਬੱਚਿਆਂ ਵਿੱਚ ਬਹੁਤ ਹੀ ਉਤਸ਼ਾਹ ਪਾਇਆ ਗਿਆ। ਇਸ ਮੌਕੇ BS ਅਜੇ ਕੁਮਾਰ ਬੈਂਸ ਨੇ ਸੰਬੋਧਨ ਦੌਰਾਨ ਬੱਚਿਆਂ ਨੂੰ ਮਨ ਲਗਾ ਕੇ ਪੜ੍ਹਾਈ ਕਰਨ ਅਤੇ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਖੇਡਾਂ ਅਤੇ ਪੜ੍ਹਾਈ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ। ਸਾਡੇ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਸੈਕਟਰੀ ਸਾਹਿਬ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਨੇ ਜਿਹੜੇ ਸਮਰ ਕੈਂਪ ਸ਼ੁਰੂ ਕੀਤੇ ਹੈ ਉਹਨਾਂ ਦੇ ਅਧੀਨ ਅਸੀਂ ਵੀ ਆਪਣੇ ਸਕੂਲ ਸਰਕਾਰੀ ਹਾਈ ਸਕੂਲ ਕੋਟਲਾ ਪਾਵਰ ਹਾਊਸ ਵਿਖੇ 24 ਤਰੀਕ ਤੋਂ ਕੈਂਪ ਜਿਹੜਾ ਬੱਚਿਆਂ ਦਾ ਸ਼ੁਰੂ ਕੀਤਾ ਸੀ, ਜਿਹਦੇ ਵਿੱਚ ਅਲੱਗ ਅਲੱਗ ਐਕਟੀਵਿਟੀਜ਼ ਜਿਵੇਂ ਕਿ ਅਸੀਂ ਜ਼ਿਆਦਾ ਜ਼ੋਰ ਜਿਹੜਾ ਇੰਗਲਿਸ਼ ਮੀਡੀਅਮ 'ਤੇ ਦਿੱਤਾ ਹੈ ਕਿ ਇੰਗਲਿਸ਼ ਲਰਨਿੰਗ ਦੇ ਵਿੱਚ ਜਿਹੜੇ ਸਾਡੇ ਬੱਚੇ ਹੈ ਉਹ ਅੱਗੇ ਜਾਣ, ਕੰਪੀਟੀਸ਼ਨ 'ਚ ਭਾਗ ਲੈਣ। ਇਸ ਤੋਂ ਇਲਾਵਾ ਬੱਚਿਆਂ ਨੂੰ ਰਿਲੈਕਸ ਕਰਨ ਵਾਸਤੇ ਅਸੀਂ ਉਹਨਾਂ ਦੀਆਂ ਗੇਮਾਂ ਵੀ ਕਰਾਈਆਂ ਨੇ। ਸਾਰੇ ਟੀਚਰ ਅਲੱਗ ਅਲੱਗ ਹਰ ਰੋਜ਼ ਦੋ ਦੋ ਤਿੰਨ ਤਿੰਨ ਟੀਚਰ ਸਬਜੈਕਟ ਵਾਈਜ਼ ਜਿਹੜੇ ਹੈ ਉਹ ਸਕੂਲ ਵਿੱਚ ਹਾਜ਼ਰ ਹੁੰਦੇ ਰਹੇ ਨੇ। ਇਹਨਾਂ ਦੇ ਵਿੱਚ ਸਾਡੇ ਜਿਹੜੇ ਜ਼ਿਲ੍ਹੇ ਦੇ BM DM ਇਹਨਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਹੈ ਔਰ ਅੱਜ ਵੀ ਸਾਨੂੰ ਉਹ ਚੈੱਕ ਕਰਨ ਵਾਸਤੇ ਸਕੂਲ ਵਿੱਚ ਆਏ ਨੇ। ਬੱਚੇ ਸਾਡੇ ਜਿਹੜੇ ਨੇ ਉਹਨਾਂ ਛੁੱਟੀਆਂ ਦਾ ਵੀ ਆਨੰਦ ਮਾਣਿਆ ਹੈ, ਨਾਲ ਨਾਲ ਉਹਨਾਂ ਨੇ ਆਪਣੀ ਜਿਹੜੀ ਪੜ੍ਹਾਈ ਕੀਤੀ ਹੈ ਉਹਦੇ ਵਿੱਚ ਵੀ ਉਹਨਾਂ ਦੇ ਪੇਰੈਂਟਸ ਬਹੁਤ ਖੁਸ਼ ਨੇ ਕਿ ਪਹਿਲੀ ਵਾਰ ਜਿਹੜੀ ਹੈ ਕੋਈ ਐਸੀ ਗੱਲ ਹੋਈ ਹੈ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਕਿ ਬੱਚੇ ਵੀ ਖੁਸ਼ ਨੇ, ਉਹਨਾਂ ਦੇ ਪੇਰੈਂਟਸ ਵੀ ਖੁਸ਼ ਹੈ। ਪੇਰੈਂਟਸ ਦੇ ਵਾਰ ਵਾਰ ਫੋਨ ਆ ਰਹੇ ਹੈ ਸਾਨੂੰ ਕਿ ਤੁਸੀਂ ਸਾਡੇ ਬੱਚਿਆਂ ਨੂੰ ਜਿਹੜੀਆਂ ਐਕਟੀਵਿਟੀਜ਼ ਕਰਾ ਰਹੇ ਹੈ ਇਹ ਪਹਿਲੇ ਪ੍ਰਾਈਵੇਟ ਸਕੂਲਾਂ 'ਚ ਹੁੰਦੀਆਂ ਸੀ, ਤਾਂ ਹੁਣ ਜਿਹੜੇ ਤੁਸੀਂ ਇਹ ਸਰਕਾਰੀ ਸਕੂਲਾਂ 'ਚ ਸ਼ੁਰੂ ਕੀਤਾ ਹੈ ਅਸੀਂ ਬਹੁਤ ਖੁਸ਼ ਹਾਂ। ਅਸੀਂ ਮਾਣ ਜਿਹੜਾ ਮਹਿਸੂਸ ਕਰ ਰਹੇ ਹਾਂ ਔਰ ਸਾਡੇ ਬੱਚੇ ਜਦ ਆਉਂਦੇ ਆ ਤਾਂ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਕਿ ਤੁਹਾਡੇ ਟੀਚਰਸ ਨੇ ਕੀ ਕਰਾਇਆ ਹੈ, ਤਾਂ ਉਹ ਆ ਕੇ ਦੱਸਦੇ ਆ ਕਿ ਅੱਜ ਫਲਾਣੇ ਟੀਚਰ ਨੇ ਸਾਨੂੰ ਜਿਹੜਾ ਇੰਗਲਿਸ਼ ਲਰਨਿੰਗ ਦਾ, ਜਿਵੇਂ ਤਪਿੰਦਰ ਮੈਡਮ ਸਾਡੇ ਸਕੂਲ ਦੇ ਇੰਗਲਿਸ਼ ਮਿਸਟਰਸ ਹੈ ਵੀ ਉਹ ਕਰਾ ਰਹੇ ਹੈ, ਭਰਪੂਰ ਮੈਡਮ SS ਮਿਸਟਰਸ ਹੈ, ਇਸ ਤੋਂ ਇਲਾਵਾ ਹੋਰ ਸਾਡੇ ਪੰਜਾਬੀ ਟੀਚਰ ਮਨਦੀਪ ਮੈਡਮ, ਹਿੰਦੀ ਟੀਚਰ ਪੁਨੀਤਾ ਮੈਡਮ, ਇਸ ਤੋਂ ਇਲਾਵਾ ਸਾਡੇ ਕੰਪਿਊਟਰ ਟੀਚਰ ਜਿਹੜੇ ਫੈਕਲਟੀ ਹੈ ਉਹਨਾਂ ਵੀ ਬਹੁਤ ਸਾਥ ਦਿੱਤਾ ਹੈ ਔਰ ਉਹਨਾਂ ਨੇ ਆਪਣੇ ਜਿਹੜੇ ਬੱਚੇ ਆ ਕੰਪਿਊਟਰ 'ਤੇ ਬਿਠਾ ਕੇ, ਸਕਰੀਨ 'ਤੇ ਬਿਠਾ ਕੇ ਉਹਨਾਂ ਨੇ ਕੁਝ ਆਪਣੀਆਂ ਐਕਟੀਵਿਟੀਜ਼ ਕਰਾਈਆਂ ਨੇ, ਮੈਥ ਵਾਲਿਆਂ ਨੇ ਆਪਣੀਆਂ ਐਕਟੀਵਿਟੀਜ਼ ਕਰਾਈਆਂ ਨੇ, ਸਾਇੰਸ ਵਾਲਿਆਂ ਨੇ ਆਪਣੀਆਂ ਕਰਾਈਆਂ ਹੈ, ਤਾਂ ਮੈਂ ਉਹਨਾਂ ਦੀ ਬਹੁਤ ਬਹੁਤ ਧੰਨਵਾਦੀ ਹਾਂ। ਇਸ ਤੋਂ ਇਲਾਵਾ ਖੇਡਾਂ ਵਾਲੇ ਜਿਹੜੇ ਸਾਡੇ DP ਮੈਡਮ ਹੈ ਉਹਨਾਂ ਨੇ ਖੇਡਾਂ ਕਰਾਈਆਂ ਹੈ, ਤਾਂ ਮੈਂ ਉਹਨਾਂ ਦੀ ਵੀ ਧੰਨਵਾਦੀ ਹਾਂ ਔਰ ਮੇਰੇ ਬੱਚੇ ਅੱਜ ਖੁਸ਼ ਹੋ ਕੇ ਮੈਨੂੰ ਫੋਨ ਕਰ ਰਹੇ ਨੇ ਕਿ ਮੈਡਮ ਇਹ ਜਿਹੜਾ ਕੰਮ ਹੈ ਇਹ ਬਹੁਤ ਵਧੀਆ ਹੋਇਆ ਹੈ ਅਤੇ ਅਸੀਂ ਹਰ ਸਾਲ ਹੀ ਇਹ ਕੈਂਪ ਲਾਉਣਾ ਹੈ, ਅਸੀਂ ਸਰਦੀਆਂ ਦੀਆਂ ਛੁੱਟੀਆਂ 'ਚ ਵੀ ਇਹ ਕੈਂਪ ਲਾਉਣਾ ਹੈ, ਤਾਂ ਮੈਂ ਵੀ ਬਹੁਤ ਖੁਸ਼ ਹਾਂ ਅਤੇ ਮੈਂ ਜ਼ਰੂਰ ਸਰਦੀਆਂ ਦੀਆਂ ਛੁੱਟੀਆਂ ਵਿੱਚ ਇਹ ਬੱਚਿਆਂ ਦਾ ਕੈਂਪ ਦੁਬਾਰਾ ਲਾਵਾਂਗੀ ਅਤੇ ਹਰ ਸਾਲ ਇਹ ਕੈਂਪ ਲੱਗਿਆ ਕਰੇਗਾ। ਜੋ ਵੀ ਸਾਨੂੰ ਸਰਕਾਰ ਦੀਆਂ ਹਦਾਇਤਾਂ ਸਾਡੇ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਸੈਕਟਰੀ ਸਾਹਿਬ ਜਿਹੜੀਆਂ ਹਦਾਇਤਾਂ ਦੇਣਗੇ ਅਸੀਂ ਉਹਨਾਂ ਦਾ ਪਾਲਣ ਕਰਾਂਗੇ। ਧੰਨਵਾਦ, ਸਤਿ ਸ਼੍ਰੀ ਅਕਾਲ ਸਾਰੇ।